ਮਾਮਲਾ ਇਹ ਕਿ ਜਲੰਧਰ ਦੇ ਨੈਸ਼ਨਲ ਹਾਈਵੇ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਵੀ ਜਾਮ ਕਰ ਲਏ ਗਏ ਜਿਵੇਂ ਦਾਸ ਜੀ ਇਹ ਤੀਸਰੇ ਦਿਨ ਵੀ ਕਿਸਾਨਾਂ ਦਾ ਤੜਣਾ ਪ੍ਰਦਰਸ਼ਨ ਜਾਰੀ ਹੈ ਕਿਸਾਨਾਂ ਦੇ ਵੱਲੋਂ ਜਲੰਧਰ ਦੇ ਰਾਮਾ ਮੰਡੀ ਯਾਨੀ ਪੀਏਪੀ ਚੌਂਕ ਦੇ ਲਾਗੇ ਪਿੰਡ ਧੰਨੋ ਦੇ ਵਿੱਚ ਜਿਹੜਾ ਕਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਕਿਸਾਨਾਂ ਦੀ ਮੰਗ ਸੀ ਕਿ ਉਹਨਾਂ ਨੂੰ ਗੰਨਿਆਂ ਦੇ ਰੇਟ ਜਿਹੜੇ ਹੈ ਉਹਦਾ ਕੇ ਦਿੱਤੇ ਜਾਣ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ 3 ਦਿਨ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਸਾਨਾਂ ਨੇ ਬੀਤੇ ਦਿਨੀ ਸਰਕਾਰ ਨੂੰ ਕਾਲ ਦਿੱਤੀ ਸੀ ਜੇਕਰ ਸਰਕਾਰ ਸਾਡੇ ਮਾਮਲਾ ਹੱਲ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਅਸੀਂ ਰੇਲਵੇ ਮਾਰਗ ਵੀ ਰੋਕਾਂਗੇ ਜਿਸ ਤੋਂ ਬਾਅਦ ਜੀ ਹੁਣ ਮਾਮਲਾ ਸਾਹਮਣੇ ਆਇਆ ਕਿਸਾਨਾਂ ਦੇ ਵੱਲੋਂ ਰੇਲਵੇ ਨੂੰ ਜਾਮ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਪੱਕਾ ਮੋਰਚਾ ਲਗਾ ਲਿਆ ਗਿਆ ਹੈ। भास्कर ਦੇ ਵਿੱਚ 26 ਰਿਪੋਰਟ ਦੇ ਬਾਬਤ ਤੁਹਾਨੂੰ ਸਾਰੀ ਜਾਣਕਾਰੀ ਸਾਂਝਾ ਕਰਾਂਗੇ। ਦੱਸਦੀ ਹੈ ਪੰਜਾਬ ਦੇ ਜਲੰਧਰ ਦੇ ਵਿੱਚ ਦਿੱਲੀ ਜੰਮੂ ਨੈਸ਼ਨਲ ਹਾਈਵੇ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਿਹੜਾ ਹੈ ਉਹ ਅਨਿਸ਼ਚਿਤ ਸਮੇਂ ਦੇ ਲਈ ਰੋਕ ਦਿੱਤਾ ਗਿਆ ਹੈ ਜਾਮ ਕਰ ਦਿੱਤਾ ਗਿਆ ਗੰਨੇ ਦੇ ਰੇਟਾਂ ਦੀ ਮੰਗ ਹੈ ਕਿ ਰੰਗਨੇ ਦੇ ਰੇਟ ਵਧਾ ਕੇ ਸਾਨੂੰ ਦਿੱਤੇ ਜਾਣ ਇਸ ਤੋਂ ਲੈ ਕੇ ਕਿਸਾਨ ਲਗਾਤਾਰ ਹੀ ਲੁਧਿਆਣਾ ਜਿਹੜਾ ਮਾਰਗ ਹੈ ਲੁਧਿਆਣਾ ਜਲੰਧਰ ਪਾਣੀਪਤ ਹਾਈਵੇ ਹੈ ਨੈਸ਼ਨਲ ਹਾਈਵੇ ਦੱਸੀ ਜਾ ਰਿਹਾ ਉਸ ਨੂੰ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਹੀ ਕਿਸਾਨਾਂ ਨੇ ਪੀਪੀ ਚੌਂਕ ਤੋਂ ਕੁਝ ਦੂਰੀ ਤਨੋਵਾਲੀ ਫਾਟਕ ਦੇ ਕੋਲ ਰੇਲਵੇ ਟਰੈਕ ਦੇ ਉੱਪਰ ਧਰਨਾ ਪ੍ਰਦਰਸ਼ਨ ਪੱਕੇ ਤੌਰ ਤੇ ਲਗਾ ਲਿਆ ਹੈ ਹਾਲਾਂਕਿ ਇਹ ਪਤਾ ਨਹੀਂ ਇਹ ਕਦੋਂ ਤੱਕ ਇਹ ਧਰਨਾ ਚੱਲੇਗਾ ਰੇਲਵੇ ਟਰੈਕ ਬੰਦ ਹੋਣ ਤੋਂ ਬਾਅਦ ਸ਼ਤਾਪਦੀ ਐਕਸਪ੍ਰੈਸ ਜਿਹੜੀ ਹੈ ਕਪੂਥਲਾ ਦੇ ਫਗਵਾੜਾ ਦੇ ਵਿੱਚ ਹੀ ਰੋਕ ਦਿੱਤੀ ਗਈ ਹੈ ਪ੍ਰਦਰਸ਼ਨ ਜਲਾਇ ਜਲੰਧਰ ਕੈਂਟ ਸਟੇਸ਼ਨ ਦੇ ਕੋਲ ਹੋ ਰਿਹਾ ਹੈ ਇਸ ਦੇ ਨਾਲ ਹੀ ਜਿਹੜੀ ਅਮਰਪਾਲੀ ਐਕਸਪ੍ਰੈਸ ਹੈ ਉਸ ਨੂੰ ਜਲੰਧਰ ਸਿਟੀ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ ਰੇਲਵੇ ਦੇ ਮੁਤਾਬਿਕ ਜਿਹੜਾ ਰੋਜ਼ਾਨਾ ਇਸ ਟ੍ਰੈਕ ਤੋਂ ਤਕਰੀਬਨ 120 ਟ੍ਰੇਨਾਂ ਨਿਕਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ 40 ਨਿਕਲ ਚੁੱਕੀਆਂ ਸੀ ਤੇ 80 ਅਜੇ ਬਾਕੀ ਸੀ ਜਿਹੜੀ ਕਿ ਹੁਣ ਪ੍ਰਭਾਵਿਤ ਹੋ ਰਹੀ ਹੈ ਇਸ ਦੇ ਨਾਲ ਹੀ ਟ੍ਰੇਨਾਂ ਦੇ ਜਿਹੜੇ ਕਹਿ ਲਈਏ ਕਿ ਲੁਧਿਆਣਾ ਅੰਬਾਲਾ ਪਾਨੀਪਤ ਦਿੱਲੀ ਜ਼ਰੀਏ ਆਉਣ ਵਾਲੇ ਹੋ ਰਾਜਾ ਰਾਜਾ ਦੀ ਜਿਹੜੀ ਟ੍ਰੇਨਾਂ ਹੈ ਉਸ ਨੂੰ ਵੀ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਹੁਣ ਨਕੋਦਰ ਤੋਂ ਫਗਵਾੜਾ ਵਾਲੇ ਟਰੈਕ ਤੋਂ ਨਿਕਲ ਕੇ ਜਾਣਾ ਪਵੇਗਾ ਇਸ ਨਾਲ ਹੀ ਦੱਸੀਏ ਬੀਤੇ ਦਿਨੀ ਸੀਐਮ ਮਾਨ ਦੇ ਵੱਲੋਂ ਕਿਸਾਨਾਂ ਨੂੰ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਸੀਐਮ ਮਾਨ ਨੇ ਕਿਸਾਨਾਂ ਨੂੰ ਇਹ ਗੱਲ ਆਖੀ ਸੀ ਕੀ ਕਿਸਾਨ ਜਿਹੜੇ ਨੇ ਉਹ ਧਰਨੇ ਪ੍ਰਦਰਸ਼ਨ ਹਾਈਵੇ ਤੇ ਨਾਲ ਲਗਾੜ ਰੇਲ ਨਾਂ ਰੋਕਣ ਕਿਉਂਕਿ ਉਹ ਆਪਣੇ ਆਮ ਲੋਕਾਂ ਨੂੰ ਦੁਸ਼ਮਣ ਬਣਾ ਰਹੇ ਨੇ ਪਰ ਇਸ ਦਾ ਜਵਾਬ ਜਿਹੜਾ ਹੈ ਉਹਨਾਂ ਨੇ ਇਹ ਕਿਹਾ ਸੀਮਾਨ ਨੇ ਕਿਸਾਨਾਂ ਨੂੰ ਇਹ ਜ਼ਰੂਰ ਸਲਾਹ ਦਿੱਤੀ ਸੀ ਕਿ ਜਿਹੜੇ ਕਿਸਾਨ ਨੇ ਉਹ ਜਿਹੜਾ सीएम ਦੇ ਕੋਠੀ ਘਰ ਜਾਂ ਮੰਤਰੀ ਅਧਿਕਾਰਾਂ ਨੂੰ ਘੇਰਨ ਤੇ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਨ ਤੇ ਅਸੀਂ ਤੁਹਾਡੀ ਗੱਲਾਂ ਸੁਣਨਗੇ ਪਰ ਕਿਸਾਨਾਂ ਦਾ ਅੱਗੇ ਜਵਾਬ सीएम ਨੂੰ ਦਿੱਤਾ ਗਿਆ ਕਿ ਅਸੀਂ ਤੁਹਾਡੇ ਘਰ ਵੀ ਰੋਕ ਲਏ ਆ ਮੰਤਰੀਏ ਦੇ ਕੋਲ ਜਾ ਕੇ ਵੀ ਦੇਖ ਲਿਆ ਸਾਨੂੰ ਕੋਈ ਵੀ ਹੱਲ ਨਹੀਂ ਲੱਭਿਆ ਇਸ ਤੋਂ ਬਾਅਦ ਕਿਸਾਨਾਂ ਨੇ 26 ਨਵੰਬਰ ਨੂੰ ਚੰਡੀਗੜ੍ਹ ਦਾ ਕ ਰੋ ਕਰਨਾ ਹੈ ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਲਗਾਤਾਰ सीएम ਨੂੰ ਇਹ ਜਵਾਬ ਦਿੱਤਾ ਜਾ ਰਿਹਾ ਕਿ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਤਾਂ ਅਸੀਂ ਇਸ ਪ੍ਰਦਰਸ਼ਨ ਨੂੰ ਹੋਰ ਜਾਰੀ ਕਰਾਂਗੇ ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਲਗਾਤਾਰੀ ਹੁਣ ਰੇਲਾਂ ਨੂੰ ਰੋਕਿਆ ਜਾ ਰਿਹਾ ਜਿਸ ਦੇ ਕਾਰਨ ਆਮ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਦੱਸਦੀ ਹੈ ਕਿ ਕਿਸਾਨਾਂ ਨੇ ਇਹ ਵੀ ਗੱਲ ਜ਼ਰੂਰ ਆਖੀ ਆਮ ਲੋਕਾਂ ਨੂੰ ਕਿ ਸਾਨੂੰ ਕੋਈ ਸ਼ੌਂਕ ਨਹੀਂ ਹੈ ਧਰਨੇ ਪ੍ਰਦਰਸ਼ਨ ਕਰਨ ਦਾ ਅਸੀਂ ਵੀ ਖੇਤਾਂ ਦੇ ਵਿੱਚ ਕੰਮ ਕਰਨ ਵਾਲਿਆ ਸਾਨੂੰ ਵੀ ਬਹੁਤ ਕੰਮ ਨੇ ਪਰ ਗੰਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਸਰਕਾਰ ਸਾਡੇ ਗੰਨੀਆਂ ਦੇ ਰੇਟ ਵਧਾ ਨਹੀਂ ਰਹੀ ਹੈ ਮਿਲਾਂ ਨੂੰ ਸ਼ੁਰੂ ਨਹੀਂ ਕਰ ਰਹੀ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਖਾਣਾ ਦੇ ਵੱਲੋਂ ਜਿਹੜੇ ਹੜਾ ਦੇ ਮੁਆਵਜ਼ੇ ਆ ਉਸ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਇਹ ਵਧਦਾ ਜਾ ਰਿਹਾ ਹੈ ਕਾਫੀ ਜ਼ਿਆਦਾ ਸਰਕਾਰ ਦੀਆਂ ਚਿੰਤਾਵਾਂ ਵੀ ਵਧਾਰਿਆ ਕਿਉਂਕਿ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਕਾਲ ਤੇ ਕਾਲ ਸਰਕਾਰ ਨੂੰ ਦਿੱਤੀ ਜਾ ਰਹੀ ਹੈ ਸੀਐਮ ਦੇ ਵੱਲੋਂ ਵੀ ਟਵੀਟ ਸਾਂਝਾ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਸੀਐਮ ਮਾਨ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਕਿਸਾਨ ਨੇ ਆਮ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਰਹੇ ਨੇ ਕਿਸਾਨਾਂ ਦੇ ਵੱਲੋਂ ਲਗਾਤਾਰ ਜਵਾਬੀ ਹਮਲਾ ਸੀਐਮ ਤੇ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਬਣਾ ਰਹੇ ਆ ਅਸੀਂ ਦਾ ਅੰਨ ਦਾਤਾ ਜੇਕਰ ਸਾਡੇ ਖੇਤਾਂ ਦੇ ਵਿੱਚ ਨਹੀਂ ਅੰਨ ਬਣੇਗਾ ਤਾਂ ਆਮ ਲੋਕ ਤਾਂ ਹੋਰ ਵਿਪਰਸ਼ਾਨ ਹੋਣਗੇ ਅਸੀਂ 6 ਮਹੀਨੇ ਸਾਲ ਦੇ ਵਿੱਚ ਲਗਾਤਾਰੀ ਧੁੱਪਾ ਦੇ ਵਿੱਚ ਕੰਮ ਕਰਦੇ ਹਾਂ ਪਰ ਸਾਨੂੰ ਉਸ ਫਸਲ ਦਾ ਪੂਰਾ ਜਿਹੜਾ ਹੈ ਜੋ ਵਾਜਵ ਰੇਟ ਨਹੀਂ ਮਿਲ ਪਾਂਦਾ ਤਾਂ ਅਸੀਂ ਕੀ ਕਰਾਂਗੇ ਤੇ ਆਪਣੇ ਬੱਚਿਆਂ ਨੂੰ ਕੀ ਖਿਲਾਵਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਤਰਨਾ ਕਿੰਨਾ ਕੁ ਸਮੇਂ ਤੱਕ ਚੱਲਦਾ ਹੈ ਤੇ ਕਿਸਾਨਾਂ ਨੂੰ ਉਸ ਦਾ ਦੇਣ ਦੇ ਰੇਟ ਮਿਲਦੇ ਹੈ ਜਾਂ ਫਿਰ ਉਹ ਸੀਐਮ ਦੇ ਨਾਲ ਜਿਹੜਾ ਹੈ ਉਹਨਾਂ ਦੀ ਕੋਠੀ ਦਾ ਘਰਾ ਕਰਨਗੇ ਹਾਲਾਂਕਿ 26 ਨਵੰਬਰ ਨੂੰ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਕਾਲ ਦਿੱਤੀ ਗਈ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਹੋਣਗੇ ਤੇ ਕੋਈ ਵੀ ਉਹਨਾਂ ਨੂੰ ਨਾ ਰੋਕੇ ਤੇ ਉਹ ਆਪਣੀ ਗੱਲਾ ਰੱਖਣਗੇ ਤਾਂ ਇਸ ਤਰੀਕੇ ਸਾਡੀ ਸਭ ਦੀ ਨਜ਼ਰ ਬਣੀ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਅੰਦੋਲਨ ਦੇ ਵਿੱਚ ਕੀ ਕੁਝ ਵੱਡਾ ਹੋਵੇਗਾ ਕੀ ਕੁਝ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਆਵੇਗਾ ਤਾਂ ਇਸ ਤਰੀਕੇ ਦੀਆਂ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ